ਅੱਲਾਹ ਰਹਿਮਾਨ ਰਹੀਮ ਮੁਹੰਮਦ ਸਰਫਰਾਜ਼ ਇੱਕ ਵਾਰ ਫਿਰ ਦੋਸਤਾਂ ਦੀ ਖਿਦਮਤ ਦੇ ਵਿੱਚ ਹਾਜ਼ਰ। ਅੱਜ ਅਸੀਂ ਜੀ ਪੰਜਾਬ ਗੌਰਮੈਂਟ ਦੀ ਤਰਫੋਂ ਸਬਸਿਡੀ ਦਿੱਤੀ ਗਈ ਆ ਕਣਕ ਦੇ ਬੀਜ 'ਤੇ। ਇੱਕ ਕਾਸ਼ਤਕਾਰ ਨੂੰ 5 ਏਕੜ ਦਾ ਜਿਹੜਾ ਬੀਜ ਹੈ ਉਹ ਸਬਸਿਡੀ 'ਤੇ ਦਿੱਤਾ ਜਾਂਦਾ ਅਤੇ ਮਹਿਕਮਾ ਜ਼ਰਾਤ ਦੇ ਜਿਹੜੇ ਦਫ਼ਤਰ ਆ ਉਹਨਾਂ ਦੇ ਵਿੱਚ ਸਟਾਕ ਵਾਫਰ ਮਕਦਾਰ ਦੇ ਵਿੱਚ ਗੌਰਮੈਂਟ ਨੇ ਪਹੁੰਚਾ ਦਿੱਤਾ ਹੈ ਸੀਡ ਕਾਰਪੋਰੇਸ਼ਨ ਦੀ ਤਰਫੋਂ। ਅਸਮਾਨ ਸਾਹਿਬ ਇਹਨੂੰ ਜ਼ਰਾ ਸਿੱਧਾ ਕਰੋ ਤਾਂ ਕਿ ਇਹਨਾਂ ਦੀ ਤਸਵੀਰ ਆ ਜਾਏ। ਇਹ ਜੀ ਲਿਖਿਆ ਤਸਦੀਕਸ਼ੁਦਾ ਬੀਜ 2019 ਕਿਸਮ 2008 ਲਾਟ ਨੰਬਰ ਵਜ਼ਨ ਵਕਤ ਭਰਾਈ 50 ਕਿਲੋਗ੍ਰਾਮ ਪੰਜਾਬ ਸੀਡ ਕਾਰਪੋਰੇਸ਼ਨ ਦੀ ਤਰਫੋਂ। ਇਹ ਬਹੁਤ ਅੱਛਾ ਇਕਦਾਮ ਹੈ ਜੀ। ਕੰਨ ਚਾਹੇ ਸਿੱਧੇ ਫੜ ਲਓ ਚਾਹੇ ਉਲਟੇ ਫੜ ਲਓ ਹੁੰਦੇ ਕੰਨ ਹੀ ਹੈ। ਹਾਂਜੀ ਅੱਛਾ ਇਹਦੇ ਵਿੱਚੋਂ ਮੈਂ ਕਾਸ਼ਤਕਾਰਾਂ ਨੂੰ ਦੱਸਦਾ ਕਿ ਇਹ ਕੋਪਨ ਨਿਕਲਦਾ ਇਹ ਜਿਹੜਾ ਇਹ ਇਹਨੂੰ ਸਕਰੈਚ ਕਰਨਾ ਜੀ ਇਸ ਜਗ੍ਹਾ ਤੋਂ। ਉਹਦੇ ਉੱਤੇ ਲਿਖਿਆ ਖੁਫੀਆ ਵੋਚਰ ਸਪੇਸ ਸ਼ਨਾਖਤੀ ਕਾਰਡ 80-70 ਪਰ ਭੇਜੇ ਪਹਿਲੇ ਆਏ ਪਹਿਲੇ ਪਾਏ ਕਿ ਬੁਨਿਆਦ ਪਰ ਸਬਸਿਡੀ ਹਾਸਲ ਕਰੇ। ਇਹ ਸਬਸਿਡੀ ਸਿਰਫ ਪੰਜਾਬ ਕੇ ਮੁੰਤਖਬ ਔਰ ਰਜਿਸਟਰਡ ਕਾਸ਼ਤਕਾਰਾਂ ਕੇ ਲੀਏ। ਇਹ ਸਬਸਿਡੀ ਗੰਦਮ ਕੀ ਫਸਲ 2019 ਕੇ ਲੀਏ ਕਾਰਆਮਦ ਹੈ। ਮਜ਼ੀਦ ਮਾਲੂਮਾਤ ਕੇ ਲੀਏ ਜ਼ਰੀ ਹੈਲਪਲਾਈਨ ਪਰ ਰਾਬਤਾ ਕਰੇ ਨੰਬਰ ਦਿੱਤੇ ਆ ਯਹਾਂ ਸੇ ਸਕਰੈਚ ਕਰੇ। ਅਤੇ ਆਹ ਇੱਕ ਬਰੀਕ ਜਿਹਾ ਲਿਖਿਆ ਸ਼ਰਾਇਤ ਔਰ ਜ਼ਵਾਬਤ ਲਾਗੂ ਹੋਣਗੇ ਇਹ ਨਾਂ ਦੇਣ ਵਾਲੀਆਂ ਗੱਲਾਂ ਨਾਲ ਆ ਲਿਟਰੇਚਰ ਦਿੱਤਾ ਆ ਇਹ ਕਹਿ ਦਿੱਤਾ ਹੈ ਸਰਟੀਫਿਕੇਟ ਆ ਅਤੇ ਓਰਿਜਨਲ। ਹਾਂਜੀ ਅੱਛਾ ਇੱਕ ਹੋਰ ਆ ਜਿਹੜੇ ਆ ਸਾਡੇ ਵੀ ਬੇਲੀ ਆ ਜਿਨ੍ਹਾਂ ਦੀ ਮੈਂ ਬਣਾ ਰਿਹਾ ਉਹਨਾਂ ਨੇ ਵੀ ਇਹ ਵਿੱਚ ਜ਼ਹਿਰ ਆ ਮੇਰਾ ਖਿਆਲ ਆ ਇਹਦੇ ਬਾਰੇ ਕੁਛ ਨਹੀਂ ਰਹਿਨੁਮਾਈ ਕੀਤੀ ਹੈ ਕਾਹਦੇ ਵਾਸਤੇ ਇਹ ਕਾਸ਼ਤਕਾਰ ਨੇ ਖਾਣੀ ਹੈ ਜਾਂ ਬੀਜ ਨੂੰ ਲਾਉਣੀ ਹੈ ਜਾਂ ਸਿਹਾਂ ਨੂੰ ਲਾਉਣੀ ਹੈ। ਅੰਨੀ ਪੀਂਦੀ ਕੁੱਤੀ ਚੱਟਦੀ ਹੈ ਕੰਮ ਕਰ ਦਿੰਦੇ ਆ ਅਤੇ ਉਲਟੇ ਕਰਦੇ ਇੰਨਾ ਕੁਛ ਜੋ ਕੀਤਾ ਸਬਸਿਡੀ ਉੱਦਾਂ ਹੀ ਦੇ ਦੇਣ ਇਹ ਨਾ ਦੇਣ ਵਾਲੀਆਂ ਗੱਲਾਂ ਹੀ ਆ। ਫਿਰ ਇਹ ਦੇਖੋ ਜੀ ਇਹ ਬੀ ਗੌਰ ਦੇ ਨਾਲ ਦੇਖੋ ਇਹਦੀ ਸਫਾਈ ਤਾਂ ਹੋਈ ਆ ਲੇਕਿਨ ਟੁੱਟੇ ਦਾਣੇ ਬਹੁਤ ਆ ਜਦੋਂ ਤੁਸੀਂ ਗਰੇਡਿੰਗ ਕੀਤੀ ਆ ਚੰਗੀ ਤਰ੍ਹਾਂ ਕਰੋ। ਔਰ ਇਹ ਮੁਤਾਸਰਾ ਮੇਰਾ ਅੰਗੂਠਾ ਦੇਖੋ ਇਹ ਮੁਤਾਸਰਾ ਦਾਣੇ ਵੀ ਹੈਗੇ ਆ। ਚਲੋ ਫਿਰ ਵੀ ਮਿਹਰਬਾਨੀ ਜੀ ਦੇ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਆ ਇਹ ਬੀ ਦੇਖੋ ਜੀ ਇਹ ਇਹਦੀ ਗਰੇਡਿੰਗ ਹੋਈ ਹੈ ਮਰਿਆ ਆ ਵਿਚਾਰਾ ਜਿੱਦਾਂ ਯਤੀਮ ਹੁੰਦਾ। ਪੰਜਾਬ ਦੇ ਵਿੱਚ ਪਿਛਲੇ ਸਾਲ ਬਿਮਾਰੀ ਆ ਗਈ ਸੀ ਕੁੰਗੀ ਦੀ ਉਹ ਜ਼ਰਦ ਜ਼ਰਦ ਹੋ ਗਏ ਸੀ ਇਸ ਵਾਸਤੇ ਚਲੋ ਬੀਜ ਦਿੱਤਾ ਇਹਨਾਂ ਨੇ ਹੁਣ ਇਹ ਅੱਲਾ ਨੂੰ ਪਤਾ ਵੀ ਇਹ ਵੀ ਜ਼ਰਦ ਕਣਕ ਦਾ ਜਾਂ ਕਿੱਦਾਂ ਦੇ ਦਿੱਤਾ ਕਹਿੰਦੇ ਅੱਖੋਂ ਪਰੇ ਜੱਗ ਮਰੇ ਅਤੇ ਹੁਣ ਇਹਦੇ ਜ਼ਿੰਮੇਦਾਰ ਇਹ ਆ ਆਖਰ ਮਰ ਜਾਣਾ। ਲੇਕਿਨ ਨਾ ਮੈਂ ਫਿਰ ਕਹਾਂਗਾ ਇਹ ਨਵੀਂ ਹਕੂਮਤ ਦੇ ਵਿੱਚ ਅੱਜ ਤਰੀਕ ਕਿੰਨੀ ਹੈ ਜੀ 11 ਅੱਜ 11 ਨਵੰਬਰ 2019 ਹੈ। ਇਹ ਜਿਹੜੇ ਸਾਡੇ ਪੁਲੀਸੀ ਸਾਜ਼ ਆ ਨਾ ਇਹ ਸਾਰੇ ਛੁਣਛੁਣੇ ਜਏ ਜਾਂ ਐਵੇਂ ਤਮਾਸ਼ਾ ਵੀ ਨਹੀਂ ਹੈ। ਉਹ ਅੱਲਾ ਦਿਓ ਬੰਦੇ ਸਬਸਿਡੀ ਦੇਣੀ ਤਾਂ ਬੰਦਿਆਂ ਤਰ੍ਹਾਂ ਦਿਓ ਜਿਹੜੇ ਤੁਹਾਡੇ ਰਜਿਸਟਰਡ ਕਾਸ਼ਤਕਾਰ ਆ ਉਹਨਾਂ ਨੂੰ ਤੁਸੀਂ 5 ਏਕੜ ਦੀ ਸਬਸਿਡੀ ਦੇ ਰਹੇ ਹਾਂ ਬਸ ਦੇ ਦਿਓ। ਜਿਹੜਾ ਜਿਹੜਾ ਹੋ ਜਾਏਗਾ ਪਟਵਾਰੀ ਗਰਦਾਵਰੀ ਕਰਦਾ ਮਹਿਕਮਾ ਜ਼ਰਾਤ ਦਾ ਫੀਲਡ ਅਸਿਸਟੈਂਟ ਆ ਬੇਲਦਾਰ ਆ ਜ਼ਰਾਇਤ ਅਫਸਰ ਆ ਅਸਿਸਟੈਂਟ ਡਾਇਰੈਕਟਰ ਆ ਡਾਇਰੈਕਟਰ ਆ ਤਾਂ ਪਤਾ ਨਹੀਂ ਕੀ ਕੁਛ ਹੈ। ਇਹ ਕੀ ਤੁੱਕ ਆ ਜ਼ਿਮੀਂਦਾਰ ਨੂੰ ਜਾਂ ਤੁਸੀਂ ਐਜੂਕੇਟ ਕਰੋ ਕੀ ਆ ਕਰ ਦਿੱਤਾ। ਬਹੁਤ ਸਾਰੇ ਲੋਕ ਜਿਹੜੇ ਆ ਇਹ ਸਬਸਿਡੀ ਤੋਂ ਮਹਿਰੂਮ ਰਹਿ ਜਾਂਦੇ ਇੱਦਾਂ ਹੀ ਖਾਦ ਦੇ ਉੱਤੇ ਸਬਸਿਡੀ ਦੇ ਰਹੇ ਆ ਕਿਤੇ 200 ਕਿਸੇ ਥੈਲੇ 'ਤੇ 300 ਵੀ ਕਾਰਡ ਸਕਰੈਚ ਕਰਨਾ ਕੋਈ ਰਾਹ ਦੇ ਵਿੱਚ ਨਹੀਂ ਰਹਿ ਜਾਂਦੇ ਆ ਕਈ ਲੋਕਾਂ ਨੂੰ ਰਹਿੰਦੇ ਨਹੀਂ। ਜਿਸ ਤਰ੍ਹਾਂ ਨਿੱਕੇ ਹੁੰਦੇ ਕਿਸਮਤ ਪੂਰੀ ਜਾਂ ਲਾਟਰੀ ਸਿਸਟਮ ਸੀ ਨਾ ਇਹ ਸਾਨੂੰ ਵੀ ਜੂਏ ਵੱਲ ਅਤੇ ਲਾਟਰੀ ਵੱਲ ਲਿਜਾ ਰਹੇ ਆ। ਮੇਰੀ ਦਰਖਾਸਤ ਆ ਆ ਜਿਹੜੇ ਹੈਗੇ ਆ ਕਿ ਬੁਜ਼ਦਾਰ ਸਾਹਿਬ ਔਰ ਇਮਰਾਨ ਸਾਹਿਬ ਕਿਸੇ ਕਾਬਲ ਜਿਹੇ ਬੰਦੇ ਨੂੰ ਵਜ਼ੀਰ ਜ਼ਰਾਇਤ ਲਾਓ ਔਰ ਜਿਹੜਾ ਸੈਕਟਰੀ ਜ਼ਰਾਇਤ ਉਹ ਤਾਂ PhD ਐਗਰੀਕਲਚਰ ਲਾਓ। ਇਹ ਜਿਹੜੀਆਂ ਪੋਲੀਸੀਆਂ ਇਹ ਬੰਦ ਕਰ ਦਿਓ ਇਹ ਤਾਂ ਨਿਆਣੇ ਵਾਲੀਆਂ ਪੋਲੀਸੀਆਂ ਆ ਇਹਨਾਂ ਦੇ ਵਿੱਚ ਕੀ ਬਣਦਾ। ਇਹ ਤਾਂ ਸਾਨੂੰ ਤੁਸੀਂ ਲਾਲਚ ਅਤੇ ਜੂਏ ਲਾਂਡ ਜੇ ਦੇਣੀ ਹੈ ਸਬਸਿਡੀ ਤਾਂ ਬੰਦਿਆਂ ਤਰ੍ਹਾਂ ਦਵੋ ਨਹੀਂ ਤਾਂ ਫਿਰ ਅੱਲਾ ਹਾਫਿਜ਼ ਉਸ ਤਰ੍ਹਾਂ ਸਸਤੀ ਕਰ ਦਿਓ। ਇਸ ਤੁੱਕਦੀ ਨਹੀਂ ਸਮਝ ਆ ਰਹੀ ਇਹ ਯੂਨੀਵਰਸਲ ਹੋਣਾ ਚਾਹੀਦਾ। ਜਿਹੜਾ ਗਰੀਬ ਨਹੀਂ ਰਜਿਸਟਰਡ ਜਿਹੜੇ ਮਜ਼ਾਰੇ ਆ ਉਹਨਾਂ ਨੂੰ ਨਹੀਂ ਉਹਨਾਂ ਦੇ ਮਾਲਕ ਰਜਿਸਟਰਡ ਹੋਣ ਦਿੰਦੇ ਠੇਕੇਦਾਰ ਹੈ ਉਹ ਕੀ ਕਰਨ ਉਹਨਾਂ ਨਾਲ ਜ਼ਿਆਦਤੀ ਆ ਉਹਨਾਂ ਦੇ ਹੱਕ ਤਲਫੀ ਆ। ਫਿਰ ਵੀ ਜੀ ਇਹ ਸਾਡਾ ਦੇਸ਼ ਆ ਪਾਕਿਸਤਾਨ ਜ਼ਿੰਦਾਬਾਦ। ਸ਼ਹਜ਼ਾਦ ਸਾਹਿਬ ਪਾਕਿਸਤਾਨ ਦਾ ਇੱਕ ਨਾਰਾ ਮਾਰਨਾ ਪਾਕਿਸਤਾਨ ਪਾਕਿਸਤਾਨ ਜ਼ਿੰਦਾਬਾਦ।